ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਤੁਹਾਨੂੰ ਜੋ ਦਿਖਾ ਰਹੇ ਹਾਂ ਇਹ ਹੁਣ ਤੱਕ ਦਾ ਇੱਕ ਅਦਭੁਤ ਨਜ਼ਾਰਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵਡਿਆਈ ਘਰ ਘਰ ਹੋਈ ਹੈ। ਪ੍ਰਗਟ ਪਈ ਸਗਲੇ ਜੁਗੰਤਰ, ਗੁਰੂ ਨਾਨਕ ਕੀ ਵਡਿਆਈ। ਇਹ ਵਡਿਆਈ ਦੁਨੀਆ ਤੱਕ ਪਹੁੰਚੇ ਇਹਦੇ ਵਾਸਤੇ ਅਸੀਂ ਉਪਰਾਲਾ ਕਰਦੇ ਪਏ ਹਾਂ। ਮੈਂ ਆਪ ਸੰਗਤਾਂ ਨੂੰ ਇੱਕ ਬੇਨਤੀ ਕਰਨ ਵਾਸਤੇ ਵੀਡੀਓ ਪਾ ਰਿਹਾ ਹਾਂ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਕਾਲ ਉੱਤੇ ਦੀ ਗਲੋਰੀ ਆਫ ਗੁਰੂ ਨਾਨਕ ਦੇਵ ਜੀ, ਅਸੀਂ ਇੱਕ ਐਗਜੀਬਿਸ਼ਨ ਤਿਆਰ ਕੀਤੀ ਆ। ਇਸ ਐਗਜੀਬਿਸ਼ਨ ਦੀਆਂ ਦੋ ਤਿੰਨ ਖਾਸੀਅਤਾਂ ਨੇ। ਇੱਕ, ਇਹ ਸਾਰੀਆਂ ਅਸੀਂ ਨਵੀਂ ਪੇਂਟਿੰਗਸ ਤਿਆਰ ਕਰਾਈਆਂ ਦੇਸ਼ ਦੇ ਸਭ ਵਧੀਆ ਕਲਾਕਾਰਾਂ ਤੋਂ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਨਮ ਤੋਂ ਲੈ ਕੇ, ਗੁਰੂ ਸਾਹਿਬ ਦੇ ਪ੍ਰਕਾਸ਼ ਧਰਨ ਤੋਂ ਲੈ ਕੇ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਔਰ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਅਸੀਂ ਇਸ ਪੇਂਟਿੰਗ ਦੇ ਮਾਧਿਅਮ ਤੋਂ ਤੁਹਾਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਪੇਂਟਿੰਗ ਦੀ ਐਗਜੀਬਿਸ਼ਨ IGNCA ਜੋ ਜਨਪਥ ਰੋਡ ਉੱਤੇ ਆ, ਇੰਡੀਆ ਗੇਟ ਤੋਂ ਪਹਿਲਾਂ 2 ਨੰਬਰ ਹਾਲ ਦੇ ਅੰਦਰ ਇਹ ਪ੍ਰਦਰਸ਼ਨੀ ਲੱਗੀ ਹੈ। ਮੈਂ ਚਾਹੁੰਦਾ ਕਿ ਤੁਸੀਂ ਆਪ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਇੱਥੇ ਆਓ। 25 ਤਰੀਕ ਤੱਕ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆ, ਔਰ ਮੈਂ ਤੁਹਾਨੂੰ ਸਾਰੀ ਪ੍ਰਦਰਸ਼ਨੀ ਦਿਖਾਊਂਗਾ ਔਰ ਚਾਹੂੰਗਾ ਤੁਸੀਂ ਆਪ ਆਓ, ਆਪਣੇ ਬੱਚਿਆਂ ਨੂੰ ਦਿਖਾਓ, ਇਹ ਫੋਟੋਆਂ ਖਿੱਚ, ਇਤਿਹਾਸ ਹੀ ਆਏ। ਆਪਣਾ ਫਰਜ਼ ਬਣਦਾ ਹੈ, ਹਰ ਮੋਬਾਈਲ ਉੱਤੇ, ਹਰ ਫੋਨ ਉੱਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਲ ਹੋਣੀ ਚਾਹੀਦੀ ਹੈ। ਇਹ ਤੁਹਾਡਾ ਮੇਰਾ ਦੋਵਾਂ ਦਾ ਫਰਜ਼ ਬਣਦਾ ਹੈ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਆਹ ਇੱਕ ਪੇਂਟਿੰਗ ਅਸੀਂ ਤਿਆਰ ਕੀਤੀ ਆ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਦਾਸੀਆਂ ਨੂੰ ਦੱਸਦੀ ਆ। ਕਿਸ ਤਰੀਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਦੀਨਾ, ਬਗਦਾਦ, ਹਾਰਤ, ਮੱਕਾ, ਇਹ ਜਿੱਥੇ ਜਿੱਥੇ ਗਏ, ਚਾਹੇ ਉਹ ਬਿਧਰ ਗਏ, ਇਹ ਪੂਰੀਆਂ ਜਗ੍ਹਾ ਨੂੰ ਦੱਸਦੇ ਹੋਏ, ਔਰ ਦਾਸ ਦੇ ਸ਼ਹਿਰ ਦਾ ਨਾਮ ਵੀ ਹੈਗਾ ਵਿੱਚ ਸਿਰਸਾ, ਇਹ ਸ਼੍ਰੀਲੰਕਾ ਤੱਕ ਜਿਹਨੂੰ ਸਲੋਨ ਕਿਹਾ ਜਾਂਦਾ ਸੀਗਾ, ਗੁਹਾਟੀ ਤੱਕ, ਇਹ ਸਾਰਾ ਕਾਰਗਿਲ ਤੱਕ, ਪੇਸ਼ਾਵਰ ਤੱਕ, ਇਹ ਸਾਰੇ ਸਾਰਾ ਉਸ ਪੇਂਟਿੰਗ ਇਹਨੂੰ ਦਰਸਾਉਂਦੀ ਆ। ਦੇਖੋ ਕਿੱਡੀ ਖੂਬਸੂਰਤ ਪੇਂਟਿੰਗ ਆ, ਇਹ ਵੱਡੀ ਕਰਕੇ ਪੇਂਟਿੰਗ ਦਿਖਾਓ ਜੀ। ਇਹ ਦੇਖੋ ਕਿੱਡੀ ਖੂਬਸੂਰਤ ਇਹ ਪੇਂਟਿੰਗ ਆ। ਇਹ ਜੋ ਤੁਸੀਂ ਪੇਂਟਿੰਗ ਦੇਖੋਗੇ ਤੁਹਾਨੂੰ ਮਹਿਸੂਸ ਹੋਊਗਾ। ਇਸ ਦੇ ਨਾਲ ਹੀ ਇਹ ਕੁਛ ਉਹ ਤਸਵੀਰਾਂ ਨੇ ਜਿਹੜੀਆਂ ਅਸੀਂ ਰਿਸਟੋਰ ਕੀਤੀਆਂ ਨੇ ਗੁਰਦੁਆਰਾ ਸਾਹਿਬ ਤੋਂ ਲੈ ਕੇ, ਇਹਦੇ ਅਸੀਂ ਪ੍ਰਿੰਟ ਨੂੰ ਰਿਸਟੋਰ ਕੀਤਾ ਹੈ। ਆਓ ਜੀ, ਇਹ ਸਾਰੇ ਪ੍ਰਿੰਟਸ ਆਲਰੇਡੀ ਸੀਗੇ ਮੈਨੂੰ ਅੱਗੇ ਜਾਣ, ਔਰ ਇਹ ਰਿਸਟੋਰ ਕੀਤੇ ਨੇ ਸਾਰੇ ਸਾਰੇ ਪ੍ਰਿੰਟਸ ਨੂੰ। ਇਹ ਤੁਸੀਂ ਦੇਖ ਰਹੇ ਜੇ ਇਹ ਗੁਰੂ ਸਾਹਿਬ ਦਾ, ਇਹ ਸਾਰੇ ਓਰੀਜਨਲ ਪ੍ਰਿੰਟਸ ਨੂੰ ਰਿਸਟੋਰ ਕੀਤਾ ਗਿਆ। ਆਹ ਸਾਡਾ ਥੀਮ ਆ, ਇਹ ਸਾਡੀ ਥੀਮ ਦੀ ਪੇਂਟਿੰਗ ਆ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਲਾ ਮਰਦਾਨਾ ਜੀ ਨਾਲ, ਮਰਦਾਨਾ ਜੀ ਰਖਪਾ ਫੜ ਕੇ, ਇਹ ਸਾਡੀ ਥੀਮ ਪੇਂਟਿੰਗ ਆ ਜਿੱਥੋਂ ਸਾਡੀ ਇਹ ਪ੍ਰਦਰਸ਼ਨੀ ਸ਼ੁਰੂ ਹੁੰਦੀ ਆ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਨਮ ਦੇ ਸਥਾਨ 'ਤੇ ਜਦੋਂ ਉਹਨਾਂ ਦੇ ਪਿਤਾ ਜੀ, ਮਾਤਾ ਜੀ, ਮਾਤਾ ਤ੍ਰਿਪਤਾ ਜੀ, ਪਿਤਾ ਜੀ ਕਾਲੂ ਜੀ, ਉਹਨਾਂ ਦੀ ਭੈਣ ਬੇਬੇ ਨਾਨਕੀ ਜੀ, ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਹ ਸਥਾਨ ਆ ਨਨਕਾਣਾ ਸਾਹਿਬ, ਜਿਸ ਦੇ ਦਰਸ਼ਨਾਂ ਨੂੰ ਦਾਸ ਨੂੰ 2-4 ਵਾਰ ਮੌਕਾ ਮਿਲਿਆ। ਇਸ ਸਥਾਨ ਦੇ ਦਰਸ਼ਨਾਂ ਨੂੰ ਕਾਇਨਾਤ ਲੋਚਦੀ ਆ, ਅਤੇ ਗੁਰੂ ਨਾਨਕ ਦੇਵ ਜੀ ਕਾਜ਼ੀ ਨੂੰ ਸਵਾਲ ਪੁੱਛ ਰਹੇ ਨੇ, ਇਹ ਉਸ ਚੀਜ਼ ਨੂੰ ਦਰਸਾਉਂਦੀ ਇਹ ਉਹ ਖੂਬਸੂਰਤ ਪੇਂਟਿੰਗ ਆ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੋ ਪ੍ਰਕਿਰਤੀ ਦੇ ਪ੍ਰਤੀ, ਗੁਰਦੁਆਰਾ ਸਾਹਿਬ ਵੀ ਉੱਥੇ, ਜਦੋਂ ਗੁਰਦੁਆਰਾ ਸਾਹਿਬ ਆਪਣੇ ਗੁਰੂ ਸਾਹਿਬ ਆਪਣੇ ਲੰਗਰ ਮੱਝਾਂ ਚਲਾਉਣ ਵਾਸਤੇ ਜਾਂਦੇ ਸੀਗੇ, ਇਹ ਨਨਕਾਣਾ ਸਾਹਿਬ 'ਚ ਗੁਰਦੁਆਰਾ ਸਾਹਿਬ ਵੀ ਅੱਜ ਵੀ ਮੌਜੂਦ ਆ। ਇਹ ਨਗਰ ਕੀਰਤਨ ਦੀ ਪੇਂਟਿੰਗ ਆ, ਜਦੋਂ ਆਪਾਂ ਨਗਰ ਕੀਰਤਨ ਲੈ ਕੇ ਨਿਕਲੇ ਸੀਗੇ ਕਿ ਉਸ ਪੇਂਟਿੰਗ ਉਸ ਨਗਰ ਕੀਰਤਨ ਨੂੰ ਦਰਸਾ ਰਹੀ ਆ, ਨਨਕਾਣਾ ਸਾਹਿਬ ਦੇ ਉਸ ਦ੍ਰਿਸ਼ ਨੂੰ। ਇਹ ਗੁਰੂ ਨਾਨਕ ਦੇਵ ਜੀ ਨੇ ਜਦੋਂ ਸੱਚਾ ਸੌਦਾ ਕੀਤਾ,
ਜਿਹੜੇ 20 ਰੁਪਏ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਉਹਨਾਂ ਨੂੰ ਵਪਾਰ ਕਰਨ ਵਾਸਤੇ ਦਿੱਤੇ ਸੀਗੇ। ਅੱਜ ਕੱਲ੍ਹ ਲੋਕ ਗੁਰਦੁਆਰੇ 'ਚੋਂ ਗੋਲਕ ਕੱਢ ਕੇ ਲੈ ਜਾਂਦੇ ਨੇ, ਅੱਜ ਕੱਲ੍ਹ ਲੋਕ ਗੁਰਦੁਆਰੇ ਦੀ ਗੋਲਕ ਖਾ ਜਾਂਦੇ ਨੇ ਪਰ ਫਿਰ ਵੀ ਚੌੜੇ ਹੋ ਕੇ ਕਹਿੰਦੇ ਹਾਂਜੀ ਦੱਸੋ ਜੀ ਸਾਡਾ ਤੁਸੀਂ ਕੁਛ ਨਹੀਂ ਵਿਗਾੜ ਸਕਦੇ। ਪਰ ਇਹ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਪਮਾ ਅਤੇ ਵਡਿਆਈ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੋ 20 ਰੁਪਏ ਮਿਲੇ ਉਹ ਵੀ ਉਹਨਾਂ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਅਤੇ ਸਾਨੂੰ ਆਪਣੀ ਜੀਵਨ ਕਾਲ ਵਾਸਤੇ ਇਸ ਮਾਨਵਤਾ ਨੂੰ ਇੰਨੀ ਵੱਡੀ ਦੇਣ ਦਿੱਤੀ ਲੰਗਰ ਦੀ ਪ੍ਰਥਾ। ਅੱਜ ਉਸ ਲੰਗਰ ਦੀ ਪ੍ਰਥਾ ਪੂਰੀ ਦੁਨੀਆ ਦੇ ਅੰਦਰ ਡਿਸਕਸ਼ਨ ਦਾ ਹਿੱਸਾ ਹੈ। ਦੁਨੀਆ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਲੰਗਰ ਦੀ ਗੱਲ ਕਰਦੇ ਨੇ। ਸਰਕਾਰਾਂ ਅੱਜ ਸਕੀਮ ਚਲਾਉਣ ਲੱਗ ਪਈਆਂ ਅੰਨ ਦੇ ਨਾਮ 'ਤੇ। ਅਸੀਂ ਗਰੀਬ, ਗੁਰੂ ਨਾਨਕ ਨੇ ਤਾਂ 550 ਸਾਲ ਪਹਿਲਾਂ ਕਿਹਾ ਸੀਗਾ ਕਿ ਗਰੀਬ ਦੇ ਵਾਸਤੇ ਕੁਛ ਕਰੋ, ਪਰ ਸਰਕਾਰਾਂ ਅੱਜ ਜਾਗੀ ਨੂੰ ਗੱਲ ਵੱਖਰੀ ਆ। ਇਹ ਸਾਡੀ ਲੰਗਰ ਦੀ ਪ੍ਰਥਾ ਜਿੱਥੇ ਹਰ ਸਿੱਖ ਨੂੰ ਮਾਣ ਹੈ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵਿਆਹ ਦੇ ਨੇ ਜੀ, ਜੋ ਅਸੀਂ ਗੁਰੂ ਨਾਨਕ ਦੇਵ ਜੀ ਦਾ ਅੱਜ ਵੀ ਹਰ ਸਾਲ ਉਹ ਵਿਆਹ ਦਾ ਇੱਕ ਬਹੁਤ ਵੱਡਾ ਸਮਾਗਮ ਕੀਤਾ ਜਾਂਦਾ ਹੈ। ਇਹ ਉਸ ਸਥਾਨ ਨੂੰ, ਉਸ ਜਗ੍ਹਾ ਨੂੰ ਦਰਸਾਉਂਦੀ ਆ, ਬਟਾਲਾ ਦੇ ਉਸ ਸਥਾਨ ਨੂੰ। ਇਹ ਗੁਰੂ ਨਾਨਕ ਦੇਵ ਜੀ ਦਾ ਉਹ ਮੋਦੀਖਾਨਾ, ਜਿਸ ਮੋਦੀਖਾਨੇ ਦੇ ਵਾਸਤੇ ਬੜੀਆਂ ਸਾਜ਼ਿਸ਼ਾਂ ਰਚ ਕੇ ਗੁਰੂ ਨਾਨਕ ਦੇਵ ਜੀ ਦੇ ਬਾਰੇ 'ਚ ਇਹ ਕਿਹਾ ਜਾਂਦਾ ਸੀ ਗੁਰੂ ਨਾਨਕ ਨੇ ਸਭ ਕੁਛ ਲੁਟਾ ਦਿੱਤਾ। ਪਰ ਗੁਰੂ ਨਾਨਕ ਦੇਵ ਜੀ ਨੂੰ ਪਤਾ ਸੀ ਇਹ ਕੱਚਾ ਧਨ ਆ, ਇਹ ਪੱਕਾ ਨਹੀਂ ਹੈਗਾ। ਇਸ ਕਰਕੇ ਇਹ ਉਹ ਮੋਦੀਖਾਨੇ ਨੂੰ ਦਰਸਾਉਂਦਾ ਹੈ ਜਿੱਥੇ 13-13-13 ਕਰਕੇ ਗੁਰੂ ਨਾਨਕ ਨੇ, ਸੱਚੇ ਪਾਤਸ਼ਾਹ ਨੇ, ਇਹ ਮਾਨਵਤਾ ਦੇ ਲੋਕਾਂ ਦੇ ਉੱਤੇ ਜੋ ਆਉਣ ਵਾਲਾ ਸੀ ਉਹਨੂੰ 13-13 ਕਰਕੇ 13-13-13 ਕਰਕੇ ਇਹ ਗੁਰੂ ਸਾਹਿਬ ਦੇ ਬਖਸ਼ਿਸ਼ਾਂ ਸੰਗਤਾਂ ਨੇ ਕਰਦੇ ਹੋਏ ਇਹ ਉਸ ਪੇਂਟਿੰਗ ਨੂੰ ਦਰਸਾਉਂਦੀ ਹੈ। ਇਹ ਮਾਤਾ ਜੀ ਨਾਲ, ਮਾਤਾ ਸੁਲੱਖਣੀ ਜੀ ਨਾਲ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੇ ਪਰਿਵਾਰ ਦੇ ਨਾਲ ਇਹ ਗੁਰਦੁਆਰਾ ਸਾਹਿਬ ਸਥਾਪਿਤ ਆ। ਸੁਲਤਾਨਪੁਰ ਲੋਧੀ ਦੇ ਅੰਦਰ ਅੱਜ ਵੀ ਸਥਾਪਿਤ ਹੈ ਗੁਰਦੁਆਰਾ ਸਾਹਿਬ। ਇਹ ਉਸ ਸਥਾਨ ਦੀ ਜਿਹੜੀ ਆ ਇਹ ਪੇਂਟਿੰਗ ਜਿਹੜੀ ਮੂੰਹ ਬੋਲਦੀ ਇਹ ਉਸ ਜਗ੍ਹਾ ਨੂੰ ਦਰਸਾ ਰਹੀ ਆ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਭਾਈ ਮਰਦਾਨਾ ਜੀ ਦੇ ਵਾਸਤੇ ਨੂੰ ਰਬਾਬ ਪੇਂਟ ਕਰਦੇ ਪਏ ਨੇ, ਇਹ ਉਹ ਮੈਂ ਕਹੂੰਗਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੱਥੋਂ, ਜਿਸਨੇ ਚੱਲਦੇ ਚੱਲਦੇ ਦੂਰੋਂ ਹੱਥਾਂ ਦੇ ਵੀ ਦਰਸ਼ਨ ਕਰਦੇ ਸੀ ਉਹ ਵੀ ਨਿਹਾਲ ਹੋ ਗਏ, ਅਤੇ ਭਾਈ ਮਰਦਾਨਾ ਜੀ ਨੇ ਤਾਂ ਆਪਣੇ ਹੱਥੀਂ ਉਹਨਾਂ ਨੂੰ ਦਾਨ ਦਿੱਤਾ, ਇਸ ਰਬਾਬ ਦਾ ਦਾਨ ਦਿੱਤਾ। ਉਹ ਅੱਜ ਵੀ ਰਬਾਬ ਜਿਹੜੀ ਆ ਉਹ ਸਾਡੇ ਕੋਲ ਅੱਜ ਵੀ ਵਿਰਸੇ 'ਚ ਆ। ਔਰ ਭਾਈ ਮਰਦਾਨਾ ਜੀ ਜੀਵਨ ਵਾਸਤੇ ਅਮਰ ਹੋ ਗਏ, ਅੱਜ ਵੀ ਦੁਨੀਆ ਦਾ ਹਰ ਬੱਚਾ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਚਰਨਾਂ 'ਚ ਸੀਸ ਨਵਾਉਂਦਾ ਹੈ ਅਤੇ ਭਾਈ ਮਰਦਾਨਾ ਜੀ ਦੀ ਗੱਲ ਵੀ ਜ਼ਰੂਰ ਕਰਦਾ। ਇਹ ਉਹੀ ਰਬਾਬ ਜਦੋਂ ਗੁਰੂ ਸਾਹਿਬ ਨੇ ਬਣਵਾਈ ਸੀਗੀ, ਇਹ ਰਬਾਬ ਦਾ ਉਸ ਜਗ੍ਹਾ ਹੈ ਜਦੋਂ ਭਾਈ ਸਾਹਿਬ ਨੇ, ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਦੇ ਵਾਸਤੇ ਰਬਾਬ ਬਣਾਉਣ ਵਾਸਤੇ ਇਹ ਦਿੱਤੀ ਗਈ। ਇਹ ਰਬਾਬ ਬਣ ਵਾਲੇ ਉਸ ਵੀਰ ਦੇ ਕੋਲ ਖਲੋਤੇ ਨੇ, ਲਾਲੋ ਜੀ ਉਹਨਾਂ ਨੂੰ ਤਾਰਨਾ ਕੀਤਾ ਅਤੇ ਉਸ ਸਥਾਨ ਦੀ ਇਸ ਪੇਂਟਿੰਗ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਆ। ਇਹ ਕੋਹੜੀ ਨੂੰ ਜਦੋਂ ਗੁਰੂ ਸਾਹਿਬ ਨੇ ਭਾਈ ਇਹ ਜਿਹੜੇ ਆਪਾਂ ਹੁਣ ਤੱਕ ਸਾਖੀਆਂ ਸੁਣਦੇ ਆਏ ਹਾਂ, ਇਹ ਕੋਹੜੀ ਦਾ ਕੋੜ ਕੱਟਣ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹਨੂੰ ਆਸ਼ੀਰਵਾਦ ਦੇ ਰਹੇ ਨੇ। ਤੁਸੀਂ ਦੇਖੋ ਇਸ ਪੇਂਟਿੰਗ ਦੀ ਖੂਬੀ ਦੇਖੋ, ਜੋ ਇਹਦੇ ਅੰਦਰ ਕਲਰ ਆ, ਜੋ ਐਂ ਜਾਪਦਾ ਕਿ ਗੁਰੂ ਸਾਹਿਬ ਦੇ ਅਸੀਂ ਸਾਕਸ਼ਾਤ ਦਰਸ਼ਨ ਕਰਦੇ ਪਏ ਹੋਈਏ। ਕਿ ਇਸ ਤਰ੍ਹਾਂ ਦੀ ਪੇਂਟਿੰਗਾਂ ਨੂੰ ਕੀਤਾ ਕਿ ਮੂੰਹ ਬੋਲ ਦੀ ਆਵਾਜ਼ ਨੇ ਗੁਰੂ ਸਾਹਿਬ ਦੇ ਜੀਵਨ ਕਾਲ ਨੂੰ ਇਸ ਤਰੀਕੇ ਨਾਲ ਦਰਸਾ ਰਹੀਆਂ ਨੇ। ਆਹ ਗੁਰੂ ਸਾਹਿਬ ਜਦੋਂ ਹਰਿਦੁਆਰ ਅੰਦਰ ਨੇ ਔਰ ਗੁਰੂ ਸਾਹਿਬ ਲੋਕਾਂ ਨੂੰ ਗਿਆਨ ਦੇ ਰਹੇ ਨੇ, ਦੱਸ ਰਹੇ ਨੇ ਕਿ ਤੁਸੀਂ ਜਿਹੜਾ ਪਾਣੀ ਦੇ ਰਹੇ ਜੇ ਇਹ ਪਾਣੀ ਸੂਰਜ ਨੂੰ ਨਹੀਂ, ਜੇ ਪਾਣੀ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋ ਹਰਿਦੁਆਰ 'ਚ ਗਿਆਨ ਦੇ ਰਹੇ ਨੇ ਵੀ ਉਹ ਸਥਾਨ ਨੂੰ ਦਰਸਾਉਂਦੀ ਆ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਕੁਰੂਕਸ਼ੇਤਰ 'ਚ ਨੇ, ਹਰਿਆਣੇ ਦੇ ਕੁਰੂਕਸ਼ੇਤਰ 'ਚ ਨੇ ਜਦੋਂ, ਔਰ ਇਹ ਉਸ ਵੇਲੇ ਦੀ ਇਹ ਜਿਹੜੀ ਆਉਂਦੀ ਇਹ ਪੇਂਟਿੰਗ ਆ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਮੁਲਤਾਨ 'ਚ ਨੇ, ਔਰ ਇਹ
ਉਸ ਵੇਲੇ ਵੀ ਜਦੋਂ ਉਹਨਾਂ ਨੇ ਇੱਕ ਚਮੇਲੀ ਦਾ ਫੁੱਲ ਪਾ ਕੇ ਇਹ ਜਿਹੜੇ ਆਪਾਂ ਹੁਣ ਤੱਕ ਸੁਣਦੇ ਆਏ ਹਾਂ, ਇਹ ਉਸ ਪੰਡਿਤ ਚਤੁਰਦਾਸ, ਇਹ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪੰਡਿਤ ਚਤੁਰਦਾਸ ਨੂੰ ਜਦੋਂ ਇਹ ਗਿਆਨ ਦੇ ਰਹੇ ਨੇ ਔਰ ਉਹਨੂੰ ਦੱਸ ਰਹੇ ਨੇ, ਇਹ ਉਸ ਵੇਲੇ ਦੀ ਖੂਬਸੂਰਤ ਰਿਹਾ। ਇਹ ਪਹਿਲਾਂ ਹੀ ਮੈਨੂੰ ਦੱਸਦਾ ਐਸਾ ਨਜ਼ਾਰਾ ਹੋਊਗਾ ਜਦੋਂ ਪੇਂਟਿੰਗਾਂ ਬੋਲ ਬੋਲ ਕੇ ਆਪਣੇ ਮੂੰਹ ਗੱਲ ਦੱਸਦੀਆਂ ਪਈਆਂ ਨੇ, ਇਹ ਉਹ ਨਜ਼ਾਰਾ ਹੈ, ਜ਼ਰੂਰ ਦੇਖਣ ਆਇਓ ਜੀ। ਇਹ ਗੁਰੂ ਨਾਨਕ ਦੇਵ ਜੀ ਪੂਰੀ ਅੰਦਰ ਆਰਤੀ ਕਰਨੀ ਆ, ਉਹ ਪੂਰਾ ਬ੍ਰਹਮੰਡ ਉਸਦੀ ਆਰਤੀ ਕਰਦਾ ਪਿਆ ਕਿ ਉਸ ਵੇਲੇ ਦਾ ਜਗਨਨਾਥ ਪੁਰੀ ਦਾ ਇਹ ਦ੍ਰਿਸ਼ ਅਸੀਂ ਇਸ ਪੇਂਟਿੰਗ ਦੇ ਰਾਹੀਂ ਦ੍ਰਿਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਜਦੋਂ ਸਲੋਨ ਸ਼੍ਰੀਲੰਕਾ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਰਦਾਨਾ ਜੀ ਦੇ ਨਾਲ ਗਏ ਨੇ ਅਤੇ ਉਸ ਦੇ ਪਾਤਸ਼ਾਹ ਜੀ ਜਦੋਂ ਸੁਮੇਰ ਪਰਬਤ 'ਤੇ ਗੋਸ਼ਟੀ ਕਰ ਰਹੇ ਨੇ, ਸਿੱਧਾਂ ਦੇ ਨਾਲ ਗੋਸ਼ਟੀ ਕਰਦੇ ਪਏ ਨੇ, ਇਹ ਸੁਮੇਰ ਪਰਬਤ ਦੀ ਤੁਸੀਂ ਦ੍ਰਿਸ਼ ਦੇਖੋ, ਤੁਹਾਨੂੰ ਇਹ ਚੱਲ ਰਿਹਾ ਹੈ ਕਿ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਾਕਸ਼ਾਤ ਜਿਹੜਾ ਹੈ ਉਹ ਦਰਸ਼ਨ ਅਸੀਂ ਕਰ ਰਹੇ ਹਾਂ। ਇਹ ਇੱਕ ਐਸਾ ਅਦਭੁਤ ਨਜ਼ਾਰਾ ਇਸ ਪੇਂਟਿੰਗ ਦੇ ਅੰਦਰ ਆ, ਮਤਲਬ ਮੈਂ ਸਮਝਦਾ ਕਿ ਜਿਸਨੇ ਆਪਣੇ ਅੱਖੀਂ ਪੇਂਟਿੰਗ ਦੇਖੀ ਆ ਉਹਦਾ ਵਾਕਿਆ ਨੂੰ ਲੱਗੇਗਾ ਕਿ ਮੈਂ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਅਦਭੁਤ ਨਜ਼ਾਰੇ ਨੂੰ ਆਪ ਖੁਦ ਮਹਿਸੂਸ ਕਰ ਰਿਹਾ, ਇਹ ਉਹੀ ਦੇਖ ਕੇ ਮਹਿਸੂਸ ਕਰ ਸਕਦਾ ਜੋ ਸਾਹਮਣੇ ਖੁਦ ਦੇਖ ਰਿਹਾ ਹੋਵੇ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਇਹ ਲਖਪਤ ਸਾਹਿਬ, ਇਹ ਗੁਜਰਾਤ ਅੰਦਰ ਉਹ ਸਥਾਨ ਆ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮੱਕੀ ਮਦੀਨੇ ਜਾਂਦੇ ਨੇ, ਇਹ ਸਥਾਨ ਤੋਂ ਜਾਂਦੇ ਨੇ ਅਤੇ ਆਪਣੇ ਖੜਾਵਾਂ ਛੱਡ ਜਾਂਦੇ ਨੇ। ਅੱਜ ਉਹ ਖੜਾਵਾਂ ਜਿਹੜੀਆਂ ਨੇ ਗੁਰੂ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ, ਇਹ ਉਹ ਖੜਾਵਾਂ ਨੇ ਔਰ ਇਸ ਸਥਾਨ ਤੋਂ ਗੁਰੂ ਸਾਹਿਬ ਲਖਪਤ ਸਾਹਿਬ ਤੋਂ ਚੱਲੇ ਸੀਗੇ। ਇਹ ਉਸ ਵੇਲੇ ਦਾ ਦ੍ਰਿਸ਼ ਆ, ਅੱਜ ਇਹ ਗੁਰਦੁਆਰਾ ਉੱਤੇ ਸਥਾਪਿਤ ਆ। ਦੇਸ਼ ਦੇ ਪ੍ਰਧਾਨ ਮੰਤਰੀ ਇਸ ਨੂੰ ਬਹੁਤ ਵੱਡਾ ਹੁਣ ਤਿਆਰ ਕਰਨ ਜਾ ਰਹੇ, ਇਸ ਇਲਾਕੇ ਨੂੰ ਡਿਵੈਲਪ ਕਰਨ ਜਾ ਰਹੇ ਨੇ। ਇਹ ਹਾਜ਼ੀਆਂ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਮੱਕੇ ਨੂੰ ਜਾਣਾ ਸੀਗਾ, ਇਹ ਉਸ ਵੇਲੇ ਦਾ ਦ੍ਰਿਸ਼ ਹੈ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਮੱਕੇ ਤੋਂ ਜਾਣ ਤੋਂ ਪਹਿਲਾਂ ਦੀ ਇਹ ਪੇਂਟਿੰਗ। ਇਹ ਸੱਚੇ ਪਿਤਾ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਜਾ ਰਹੇ ਨੇ, ਇਹ ਜਦੋਂ ਉੱਥੋਂ ਚੱਲਦੇ ਨੇ ਅਤੇ ਸਮੁੰਦਰ ਦੇ ਰਾਹੀਂ ਜਾਂਦੇ ਨੇ, ਵੀ ਉਸ ਪੇਂਟਿੰਗ ਨੇ ਉਸ ਦ੍ਰਿਸ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿਸ ਤਰੀਕੇ ਗੁਰਦੁਆਰਾ ਸਾਹਿਬ ਇੱਥੋਂ ਚੱਲ ਕੇ ਅਤੇ ਇਹ ਹੁੰਦੇ ਹੋਏ ਅਰਬ ਦੇਸ਼ ਤੋਂ ਹੁੰਦੇ ਹੋਏ ਇਹ ਜਾ ਕੇ ਪਹੁੰਚਦੇ ਨੇ, ਅਤੇ ਇਹ ਉਹ ਜਗ੍ਹਾ ਹੈ ਜਿੱਥੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਚੱਲੇ ਔਰ ਮੱਕੇ ਪਹੁੰਚੇ ਸੀ। ਇਹ ਪੇਂਟਿੰਗ ਮੱਕੇ ਦੇ ਬਾਜ਼ਾਰ ਦੇ ਅੰਦਰ ਦੀ ਆ, ਪੀਰ ਦਸਤਗੀਰ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ, ਇਹ ਪੀਰ ਦਸਤਗੀਰ ਆ, ਇਹ ਗੁਰੂ ਸਾਹਿਬ ਪਾਤਸ਼ਾਹ ਜੀ, ਇਹ ਉਸ ਵੇਲੇ ਦੇ ਸਾਰੇ ਸੂਫੀ ਸੰਤ ਉਹਨਾਂ ਦੇ ਨਾਲ ਨੇ। ਇਹ ਮੱਕੇ ਦੀ ਦਰਸਾਉਂਦੀ ਹੋਈ ਇਹ ਮੱਕਾ ਔਰ ਇਹ ਉਹ ਪੇਂਟਿੰਗ ਆ, ਮਤਲਬ ਤੁਸੀਂ ਇਹਨੂੰ ਮਹਿਸੂਸ ਕਰ ਸਕਦੇ ਹੋਗੇ ਕਿ ਕਿਆ ਅਦਭੁਤ ਨਜ਼ਾਰਾ ਇਸ ਪੇਂਟਿੰਗ ਦੇ ਅੰਦਰ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਕਾਜੀ ਰਕੁਨਦੀਨ ਦੇ ਕੋਲ, ਕਾਜੀ ਜਿਹੜਾ ਸੀਗਾ ਜਦੋਂ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਉਂਦਾ ਹੈ ਅਤੇ ਗੁਰੂ ਸਾਹਿਬ ਨੂੰ ਦੱਸ ਰਹੇ ਨੇ ਇਹ ਉਹ ਸਾਰਾ ਕਾਜੀਆਂ ਦੇ ਨਾਲ ਔਰ ਉਹਨਾਂ ਦੇ ਬਾਕੀ ਜਿਹੜਾ ਉਹਨਾਂ ਦਾ ਫਕੀਰ ਸੀਗੇ, ਇਹ ਉਹ ਨਜ਼ਾਰਾ ਉਸ ਵੇਲੇ ਦਾ ਇਹ ਮੱਕੇ ਦੀ ਵੀ ਪੇਂਟਿੰਗ ਨੂੰ ਦਰਸਾਉਂਦਾ। ਇਹ ਗੁਰੂ ਸਾਹਿਬ ਦਾ ਹਸਨ ਅਵਤਾਰ ਦੀ ਪੇਂਟਿੰਗ ਆ, ਜਿਹੜੇ ਅੱਜ ਵੀ ਆਪਣਾ ਪੰਜਾ ਸਾਹਿਬ ਗੁਰਦੁਆਰਾ ਉੱਥੇ ਸਥਾਪਿਤ ਆ। ਜਿਸ ਵੇਲੇ ਇਹ ਉਸ ਵੇਲੇ ਦੀ ਜਗ੍ਹਾ ਹੈ ਜਦੋਂ ਬਲੀ ਕਧਾਰੀ ਨੂੰ ਉੱਤੋਂ ਪੱਥਰ ਸੁੱਟਦਾ ਹੈ ਔਰ ਗੁਰੂ ਸਾਹਿਬ ਉਸ ਪੱਥਰ ਨੂੰ ਰੋਕਦੇ ਨੇ। ਸੰਗਤ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ, ਮੈਂ ਕਈ ਵਾਰ ਇਸ ਜਗ੍ਹਾ 'ਤੇ ਦਰਸ਼ਨ ਕਰਦਾ, ਮੈਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ। ਅੱਜ ਵੀ ਜਿਹੜਾ ਇਹ ਪੰਜਾ ਸਾਹਿਬ ਆ ਇਹਦੇ ਥੱਲਿਓਂ ਹੀ ਇੱਥੋਂ ਹੀ ਪੱਥਰ ਤੋਂ ਅੱਜ ਵੀ ਪਾਣੀ ਨਿਕਲਦਾ ਪਿਆ ਔਰ ਜਿੰਨਾ ਉੱਥੇ ਪਾਣੀ ਆਉਂਦਾ ਹੈ ਇਹਦੇ ਇਲਾਵਾ ਹੋਰ ਕੋਈ ਦੂਜੀ ਜਗ੍ਹਾ ਨਹੀਂ ਹੈਗੀ। ਜਿੰਨਾ ਪਾਣੀ ਹਸਨ ਅਵਤਾਰ 'ਚ ਸ਼ਹਿਰ 'ਚ ਆਉਂਦਾ ਹੈ ਉਹ ਸਾਰੇ ਸਾਰਾ ਮਿੱਠਾ ਪਾਣੀ ਅੱਜ ਵੀ ਇੱਥੋਂ ਆਉਂਦਾ ਪਿਆ ਪੀਣ ਦਾ। ਇਹ ਸਾਕਸ਼ਾਤ ਅੱਜ ਵੀ ਉੱਥੇ ਸਥਿਤ ਜਗ੍ਹਾ ਹੈ, ਇਸ ਕਰਕੇ ਗੁਰੂ ਸਾਹਿਬ ਦੀ ਇਹ ਪੇਂਟਿੰਗ ਦਾ ਵੀ ਇੱਕ ਅਦਭੁਤ ਨਜ਼ਾਰਾ ਹੈ। ਜਿੱਥੇ ਗੁਰਦੁਆਰਾ ਸਾਹਿਬ ਨੂੰ ਦਰਸਾਇਆ ਉੱਥੇ ਇਹ ਪੱਥਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ 'ਤੇ ਜਦੋਂ ਗਿਰਾਉਣ ਦੀ ਕੋਸ਼ਿਸ਼ ਕੀਤੀ ਗਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਇਹ ਗੁਰੂ ਸਾਹਿਬ ਦੇ
ਸਿਧਾਂਤਾਂ ਨੂੰ ਅਸੀਂ ਇਹਦੇ ਅੰਦਰ ਦੱਸਣ ਦੀ ਕੋਸ਼ਿਸ਼ ਕੀਤੀ ਆ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਬਟਾਲੇ 'ਚ ਅੰਚਲ ਬਟਾਲੇ 'ਚ ਇਹ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਯੋਗੀ ਪੰਗਰਨਾਥ ਜੀ ਨਾਲ ਜਦੋਂ ਇਹ ਕਰਾਮਾਤਾਂ ਦੇ ਉੱਤੇ ਉਹ ਜਿਹੜੀ ਕਰਾਮਾਤੀਆਂ ਨੂੰ ਸਾਧ ਸੇਧ ਦੇ ਰਹੇ ਨੇ ਔਰ ਉਹਨਾਂ ਨੂੰ ਦੱਸਦੇ ਪਏ ਨੇ ਕਿ ਇਹ ਕਰਾਮਾਤ ਜਿਹੜੀ ਆ ਇਹ ਖੁਦਾ ਦੇ ਘਰ ਦੀ ਚੀਜ਼ ਨਹੀਂ ਹੈਗੀ, ਇਹ ਤੋਂ ਤੁਹਾਨੂੰ ਬਾਹਰ ਜਾਣਾ ਚਾਹੀਦਾ। ਉਸ ਵੇਲੇ ਦੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪੇਂਟਿੰਗ ਆ, ਇਹ ਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਹੋਈ ਭਾਈ ਲਹਿਣਾ ਜੀ ਨੂੰ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀ ਗੱਦੀ 'ਤੇ ਦੂਸਰੇ ਗੁਰੂ ਨਾਨਕ ਦੇ ਰੂਪ ਅੰਦਰ ਗੁਰੂ ਅੰਗਦ ਦੇਵ ਜੀ ਦੇ ਇਹ ਸੇਵਾ ਦੇ ਰਹੇ ਨੇ, ਇਹ ਉਸ ਵੇਲੇ ਦਾ ਅਦਭੁਤ ਨਜ਼ਾਰਾ ਹੈ। ਦੋ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਇਹਨਾਂ ਦੋਵਾਂ ਨੂੰ ਇਸ ਪੇਂਟਿੰਗ ਇੱਕ 'ਚ ਮੈਂ ਸਮਝਦਾ ਕਿ ਇਹ ਪਰਮਿੰਦਰ ਸਿੰਘ ਜਿਨ੍ਹਾਂ ਨੇ ਪੇਂਟਿੰਗ ਬਣਾਈ ਆ ਇਹ ਉਹਨਾਂ ਨੇ ਅਦਭੁਤ ਨਜ਼ਾਰੇ ਨੂੰ ਪੇਸ਼ ਕਰਨ ਦੀ ਇੱਕ ਕੋਸ਼ਿਸ਼ ਕੀਤੀ ਆ। ਇਹ ਉਹ ਸਥਾਨ ਆ ਜੋ 70 ਸਾਲ ਬਾਅਦ ਆਪਾਂ ਖੁੱਲ੍ਹਣ ਜਾ ਰਹੇ ਹਾਂ, ਗੁਰਦੁਆਰਾ ਕਰਤਾਰਪੁਰ ਸਾਹਿਬ। ਸੰਗਤ ਜੀ, ਮੇਰੇ 'ਤੇ ਬੜੀ ਰਹਿਮਤ ਬਖਸ਼ਿਸ਼ ਹੋਈ ਗੁਰੂ ਸਾਹਿਬ ਦੀ, ਮੈਨੂੰ ਇਹਦੇ ਵੀ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਆਹ ਬੰਬ ਆ ਅਤੇ ਅਸੀਂ ਖਾਸ ਤੌਰ 'ਤੇ ਬਣਵਾਇਆ ਇਸ ਪੇਂਟਿੰਗ ਅੰਦਰ। ਇਹ ਉਹ ਬੰਬ ਸੀਗਾ ਜਿਹੜਾ ਬੰਬ ਸੁੱਟਿਆ ਗਿਆ ਸੀ ਗੁਰਦੁਆਰਾ ਸਾਹਿਬ 'ਤੇ ਔਰ ਗੁਰਦੁਆਰਾ ਸਾਹਿਬ ਦੇ ਉਸ ਖੂਹ ਦੇ ਉੱਤੇ, ਆਹ ਖੂਹ ਦੇ ਉੱਤੇ, ਆਹ ਖੂਹ ਆ ਇਸ ਖੂਹ ਦੇ ਉੱਤੇ ਇੱਥੇ ਬੰਬ ਪਿਆ ਅੱਜ ਵੀ। ਇਹ ਬੰਬ ਸੁੱਟਿਆ ਗਿਆ ਸੀਗਾ ਲੇਕਿਨ ਇਹ ਬੰਬ ਗੁਰਦੁਆਰਾ ਸਾਹਿਬ ਦੇ ਖੂਹ 'ਤੇ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜਿਹੜਾ ਸਥਾਨ ਬਣਿਆ ਹੈ ਉੱਥੇ ਜਾ ਕੇ ਬੰਬ ਵੀ ਨਹੀਂ ਫਟਿਆ, ਉਹਨੇ ਵੀ ਜਾ ਕੇ ਗੁਰੂ ਦੇ ਚਰਨਾਂ 'ਚ ਨਤਮਸਤਕ ਹੋ ਗਿਆ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਆ ਅਤੇ ਉਸ ਮਾਲਕ ਦੇ ਘਰ ਦੀ ਵਡਿਆਈ ਆ। 70 ਸਾਲਾਂ ਬਾਅਦ, 72 ਸਾਲਾਂ ਬਾਅਦ ਇਹ ਹੁਣ ਗੁਰਦੁਆਰਾ ਸਾਹਿਬ ਦੇ ਸੰਗਤਾਂ ਦਰਸ਼ਨ ਕਰ ਸਕਣਗੀਆਂ। ਹੁਣ 9 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖੋਲ੍ਹਣਗੇ, 13 ਤਰੀਕ ਤੋਂ ਸੰਗਤਾਂ ਇਸ ਮਹਾਨ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਅਸੀਂ ਕੋਸ਼ਿਸ਼ ਕੀਤੀ ਆ ਤੁਹਾਨੂੰ ਇਸ ਪ੍ਰਦਰਸ਼ਨੀ ਦੇ ਰਾਹੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੀਵਨ ਕਾਲ ਅਤੇ ਇੱਕ ਚਿੱਤਰਕਲਾ ਦੇ ਰਾਹੀਂ ਦੱਸਣ ਦੀ। ਮੈਨੂੰ ਉਮੀਦ ਆ ਆਪ ਸੰਗਤਾਂ ਨੂੰ ਜ਼ਰੂਰ ਇਹ ਪਸੰਦ ਆਏਗਾ। ਮੈਂ ਫਿਰ ਤੋਂ ਬੇਨਤੀ ਕਰਾਂ, ਸਾਡੇ ਬੜੇ ਉਪਰਾਲੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵਡਿਆਈ ਨੂੰ ਘਰ ਘਰ ਪਹੁੰਚਾਉਣ ਦੇ। ਸਾਡੀ ਬੜੀ ਕੋਸ਼ਿਸ਼ ਆ ਅਸੀਂ ਹਰ ਘਰ 'ਤੇ ਗੁਰੂ ਨਾਨਕ ਦੇਵ ਜੀ ਦੇ ਉਪਰਾਲੇ ਨੂੰ ਪਹੁੰਚਾਈਏ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿਧਾਂਤ ਨੂੰ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਪਦੇਸ਼ ਨੂੰ, ਸੰਦੇਸ਼ ਨੂੰ ਅਸੀਂ ਉਸ ਲੋਕਾਈ 'ਤੇ ਹੀ ਪਹੁੰਚਾਈਏ ਜਿਹੜੇ ਅੱਜ ਤੱਕ ਤੜਪਦੇ ਪਏ ਨੇ ਉਸ ਸੰਦੇਸ਼ ਤੋਂ ਬਿਨਾਂ। ਇਹ ਉਹਦੇ ਇੱਕ ਹਿੱਸਾ ਹੈ ਉਹਦਾ। ਮੈਨੂੰ ਲੱਗਦਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਜੇ ਆਇਆ ਹੋਵੇ, ਅਤੇ ਖੁਦ ਵੀ ਦੇਖਣ ਆਇਓ ਜੇ ਆਇਆ ਹੋਵੇ, ਅਤੇ ਫੋਟੋਆਂ ਖਿੱਚ ਕੇ ਵੀ ਆਪਣੇ ਫੇਸਬੁੱਕ 'ਤੇ ਸ਼ੇਅਰ ਕਰਿਓ ਜੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਪਦੇਸ਼ ਅਤੇ ਸੰਦੇਸ਼ ਪਹੁੰਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ।